ਪਿਛਲੇ ਦਿਨੀ ਦੁਬਈ ਤੋਂ ਕੁਝ ਪੰਜਾਬੀ ਨੌਜਵਾਨਾਂ ਨੇ ਇੱਕ ਵੀਡੀਓ ਵਾਇਰਲ ਕੀਤੀ ਸੀ ਜਿਸ ਵਿੱਚ ਦਿਖਾਇਆ ਗਿਆ ਸੀ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡਾਲਾ ਨਜ਼ਾਰਾ ਦਾ ਰਹਿਣ ਵਾਲਾ ਸੁਖਰਾਜ ਸਿੰਘ ਹੈ ਤੇ ਇਸ ਦੀ ਦਿਮਾਗੀ ਹਾਲਤ ਠੀਕ ਨਹੀਂ ਤੇ ਨਾ ਹੀ ਇਸ ਕੋਲ ਪਾਸਪੋਰਟ ਜਾਂ ਹੋਰ ਕੋਈ ਦਸਤਾਵੇਜ਼ ਹਨ ਸੁਖਰਾਜ ਦੇ ਪਰਿਵਾਰ ਵਾਲੇ ਪੀਸੀਟੀ ਹਿਊਮਨਿਟੀ ਐਨਜੀਓ ਦੇ ਮੈਂਬਰ ਸ਼ੇਰੀ ਕਲਸੀ ਕੋਲ ਆਏ ਤੇ ਉਹਨਾਂ ਸਾਰੀ ਜਾਣਕਾਰੀ ਮੀਡੀਆ ਨੂੰ ਦਿੱਤੀ ਮੀਡੀਆ ਵਿੱਚ ਆਈਆਂ ਖਬਰਾਂ ਤੋਂ ਬਾਅਦ ਦੁਬਈ ਦੇ ਹੀ ਐਨਜੀਓ ਪੀਸੀਟੀ ਹਿਊਮਨਿਟੀ ਦੇ ਮੁਖੀ ਜੋਗਿੰਦਰ ਸਲਾਰੀਆ ਨੇ ਇਸ ਨੌਜਵਾਨ ਤੱਕ ਪਹੁੰਚ ਕੀਤੀ ਤੇ ਇਸ ਨੂੰ ਸਹੀ ਸਲਾਮਤ ਇਸ ਦੇ ਘਰ ਪਹੁੰਚਾਇਆ 2018 ਵਿੱਚ ਅਬੂਧਾਬੀ ਵਿੱਚ ਰੋਜ਼ਗਾਰ ਲਈ ਗਿਆ ਸੀ ਤੇ ਵਿਆਜ ਦੇ ਪੈਸੇ ਲੈ ਕੇ ਏਜੰਟ ਨੂੰ ਦਿੱਤੇ ਤੇ ਕਮਾਈ ਕਰਨ ਲਈ ਗਿਆ ਜਿਸ ਕੰਪਨੀ ਵਿੱਚ ਗਿਆ ਉੱਥੇ ਤਨਖਾਹ ਬਹੁਤ ਥੋੜ੍ਹੀ ਸੀ ਜਿਸ ਤੋਂ ਬਾਅਦ ਮਈ ਕੰਪਨੀ ਵਿੱਚੋਂ ਗਾਇਬ ਹੋ ਗਿਆ ਮੈਂ ਪ੍ਰਾਈਵੇਟ ਕੰਮ ਕਰਨ ਲੱਗ ਪਿਆ ਕੁਛ ਸਮੇਂ ਬਾਅਦ ਮੇਰੀ ਮਾਂ ਦਾ ਦੇਹਾਂਤ ਹੋ ਗਿਆ ਜੋ ਸਦਮਾ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਇਆ ਤੇ ਮੇਰਾ ਦਿਮਾਗੀ ਸੰਤੁਲਨ ਵਿਗੜ ਗਿਆ ਮੈਨੂੰ ਨਹੀਂ ਪਤਾ ਮੇਰੇ ਨਾਲ ਕੀ ਹੋਇਆ ਮੈਂ ਕਿੱਥੇ ਰਿਹਾ ਫਿਰ ਹੁਣ ਜੋ ਪੀਸੀਟੀ ਹਿਊਮਨਿਟੀ ਵਾਲੇ ਜੋਗਿੰਦਰ ਸਲਾਰੀਆ ਨੇ ਮੇਰੀ ਮਦਦ ਕੀਤੀ ਤੇ ਮੈਂ ਵਾਪਸ ਆਇਆ ਹਾਂ ਪਹਿਲ ਚੈਰੀਟੇਬਲ ਪਹਿਲ ਪੀਸੀਟੀ ਇਹ ਭਾਈ ਨੂੰ ਭੇਜਿਆ ਚਲੋ ਤਾਂ ਕਿ ਮੈਂ ਸਾਰੇ ਇਕੱਠੇ ਹੋ ਜਾਣਾ ਤਾਂ ਗਿਆ ਜੈਕਟ ਲੈਣ ਨੂੰ ਪਾਉਣੀ ਪੈਣੀ ਕਿਤੇ ਕੈਮਰਾ ਕਿਨੂੰ ਤਾਂ ਇਹ ਦੋਨੇ ਜੈਕਟ ਆਏ ਅਹੀਂ ਥੋੜੀ ਪਾਣੀ ਕਰਦੇ ਹਾਂ ਮੈਂ ਭਾਜੀ ਕੰਮ ਕਰਨ ਗਿਆ ਸੀ ਠੀਕ ਹੈ ਜੀ 2018 'ਚ ਮੈਂ ਗਿਆ ਸੀ ਭਾਜੀ ਇੱਥੋਂ ਠੀਕ ਹੈ ਜੀ ਮੇਰੀ ਕੰਪਨੀ 80 ਸਾਲ ਰਿਹਾ ਸਹੀ ਹੈ ਜੀ ਉੱਥੇ ਮੇਰੀ ਸੈਲਰੀ ਲੱਗੀ 850 ਰੁਪਇਆ ਉਹਦੇ 'ਚੋਂ 200 ਰੁਪਇਆ ਰੋਟੀ ਖਰਚਾ ਲਾ ਲਾ ਬਾਕੀ ਤੁਹਾਨੂੰ ਬਚਣਾ ਜੋ ਬਚਣਾ ਉਹਦੇ ਸਾਰਿਆਂ ਨੂੰ ਪਤਾ ਕਿਉਂ ਬਚਦਾ ਉੱਥੇ ਕੀ ਸੋਚ ਲੈ ਕੇ ਗਏ ਸੀ ਕਿ ਪੈਸੇ ਕਿੱਥੋਂ ਆਏ ਜੀ ਬਾਹਰ ਪੈਸੇ ਭਾਜੀ ਵਿਆਜੀ ਬੰਦਾ ਚੁੱਕੇ ਜਾਂਦਾ ਆਪਣੇ ਕੋਲ ਤਾਂ ਬੰਦੇ ਉਹ ਹੁੰਦੇ ਨਹੀਂ ਜੀ ਸਹੀ ਨਹੀਂ ਗੱਲ ਭਾਜੀ ਵਿਆਜੀ ਪੈ ਚੁੱਕੇ ਸੀ ਭਾਜੀ ਅਤੇ ਇੱਦਾਂ ਇੱਦਾਂ ਕਰਕੇ ਆਪਾਂ ਚੱਲ ਗਏ ਬਾਹਰ ਅਤੇ ਉਹ ਮੁੱਕੇ ਬਾਹਰ ਜਾ ਕੇ ਵੇਖਿਆ ਵੀ ਇੱਥੇ ਵੀ ਕੋਈ ਨਹੀਂ ਹੱਲ ਬਣਦਾ ਸਹੀ ਹੈ ਜੀ ਹੋਇਆ ਕਿ ਭਾਜੀ ਮੁੱਕੇ ਇੱਦਾਂ 6 ਕੁ 8 ਮਹੀਨੇ ਹੋਈ ਮੇਰੀ ਮਦਦ ਡੈਥ ਹੋ ਗਈ ਉਸ ਤੋਂ ਬਾਅਦ ਮੇਰੀ ਮਾਂ ਕੀ ਹਾਲਤ ਹਾਂਜੀ ਨਹੀਂ ਭਾਈ ਟੈਕਸੀ ਤੇ ਐਵੇਂ ਨੂੰਹ ਦੇ ਅਗਲਾ ਆ ਗਿਆ ਭਾਅ ਜੀ ਮੈਂ ਡਬਈ ਆ ਗਿਆ ਸੀ ਠੀਕ ਹੈ ਡਬਈ ਆ ਕੇ ਕਿਤੇ ਮੇਰੇ ਦਿਮਾਗ 'ਚ ਫਰਕ ਪੈ ਗਿਆ ਉਦੋਂ ਨਹੀਂ ਮੈਨੂੰ ਭਾਅ ਜੀ ਪਤਾ ਲੱਗਾ ਵੀ ਕੀ ਹੋਇਆ ਕੀ ਨਹੀਂ ਮੈਂ ਭਾਅ ਜੀ 2 ਮਹੀਨੇ ਠੀਕ ਹੈ ਮੇਰੀ ਵੀਡੀਓ ਭਾਅ ਜੀ ਪਹਿਲਾਂ ਕਿਹੜੇ ਮੁੰਡੇ ਸੀ ਆਪਣੇ ਗੋਂਦਾ ਸਾਹਿਬ ਦੇ ਮੁੰਡੇ ਸੀ ਉਹਨਾਂ ਮੇਰੀ ਵੀਡੀਓ ਬਣਾਈ ਅਤੇ ਭਾਅ ਜੀ ਆਪਣਾ ਮਾਰਾ ਜੋਗਿੰਦਰ ਸਿੰਘ ਸਲਾਰੀਆ ਜੋਗਿੰਦਰ ਸਿੰਘ ਸਲਾਰੀਆ ਭਾਅ ਜੀ ਉਹਨਾਂ ਦਾ ਕੋਈ ਬੰਦਾ ਕੰਮ ਕੁੰਮ ਕਰਦਾ ਸੀ ਕੰਮ ਨਹੀਂ ਮੁੰਡਾ ਮੁੰਡੇ ਭਾਅ ਜੀ ਨੇ ਉਹਨੂੰ ਮੁੱਕੇ ਵੀ ਕੋਲ ਕੀਤੀ ਵੀ ਇਹ ਮੁੰਡੇ ਦੀ ਵੀਡੀਓ ਕਿੱਦਾਂ ਆ ਗਈ ਤੁਹਾਡੇ ਕੋਲ ਉਹ ਮੁੱਕੇ ਭਾਅ ਜੀ ਮੈਨੂੰ ਖੁਦ ਉੱਥੇ ਲੈਣ ਆਏ ਜੋਗਿੰਦਰ ਸਿੰਘ ਸਲਾਰੀਆ ਭਾਅ ਜੀ ਕੀ ਗੱਲਬਾਤ ਕੀਤੀ ਉਹਨਾਂ ਨਾਲ ਗੱਲਬਾਤ ਭਾਅ ਜੀ ਮੈਨੂੰ ਆਪਣੇ ਰੂਮ 'ਚ ਲੈ ਗਏ ਕਹਿੰਦੇ ਵੀ ਕਾਕਾ ਤੂੰ ਇੰਡੀਆ ਜਾਣਾ ਮੈਂ ਭਾਅ ਜੀ ਮੈਂ ਜਾਣਾ ਕਹਿੰਦੇ ਵੀ ਚੱਲ ਤੇਰੀ ਤਿਆਰੀ ਕਰਦੇ ਹਾਂ ਆਪਾਂ ਤੂੰ ਇੱਥੇ ਰੂਮ 'ਚ ਰਹਿ ਰੋਟੀ ਖਾ ਦਿੰਦੇ ਰਹੇ ਸਭ ਕੁਝ ਮਿਲ ਜਾਂਦਾ ਜੀ ਕਾਗਜ਼ ਪੱਤਰ ਭਾਅ ਜੀ ਮੇਰੇ ਕੋਲ ਕੋਈ ਨਹੀਂ ਪਾਸਪੋਰਟ ਭਾਅ ਜੀ ਆਪਣੇ ਕੋਲ ਹੁੰਦਾ ਨਹੀਂ ਪਾਸਪੋਰਟ ਕੰਪਨੀ ਰੱਖ ਲੈਂਦੀ ਹੈ ਮੈਂ ਤਾਂ ਭਾਈ ਇਹੋ ਕਹਿਣਾ ਚਾਹੂੰਗਾ ਕਿ ਪਹਿਲੇ ਦੇ ਨੰਬਰ ਮੈਂ ਜੋਗਿੰਦਰ ਸਿੰਘ ਸਲਾਰੀਆ ਬਹੁਤ ਮਿਹਰਬਾਨੀ ਕਰਦਾ ਭਾਅ ਜੀ ਮੈਨੂੰ ਇੱਥੇ ਇੰਡੀਆ ਤੱਕ ਪਹੁੰਚਦਾ ਕੀਤਾ ਜੀ ਅਤੇ ਬਾਕੀ ਭਾਅ ਜੀ ਮੇਰੀ ਦੂਜੀ ਸਲਾਹ ਇਹ ਆ ਕਿ ਕਿਹੜੇ ਬੰਦੇ ਆਪਣੇ ਬਾਹਰ ਜਾਂਦੇ ਆ ਉਹ ਮਹਾਰਾਜ ਆਪਣੇ ਹਿਸਾਬ ਨਾਲ ਰਹਿਣ ਟੂਰਿਸਟ ਵੀਜ਼ਾ ਦੇਣਾ ਜਾਣ ਟੂਰਿਸਟ ਵੀਜ਼ਾ 1 ਮਹੀਨੇ ਦਾ ਵੀ ਹੁੰਦਾ ਇੱਕ 2 ਮਹੀਨਿਆਂ ਦਾ ਵੀ ਹੁੰਦਾ ਇੱਕ 3 ਮਹੀਨਿਆਂ ਦਾ ਵੀ ਹੁੰਦਾ ਠੀਕ ਹੈ ਜੀ ਉਹ ਕਿੱਦਾਂ ਆਪਾਂ ਮੁੰਡੇ ਨੂੰ ਸੱਦ ਲੈਂਦੇ ਹਾਂ ਜੀ ਆਪਾਂ ਲਾਚ ਕਰਦੇ ਹਾਂ ਆਪਣੇ ਪੰਜਾਬੀ ਮੁੰਡੇ ਆਪਣੇ ਲਾਚ ਕਰ ਲੈਂਦੇ 1500 ਦਾ 700 800 ਦਾ ਵੀਜ਼ਾ ਮਿਲਦਾ ਸਾਰੇ ਉੱਥੇ 3 ਮਹੀਨਿਆਂ ਦਾ ਇੱਥੇ 60 60 70 70 ਹਜ਼ਾਰ ਰੁਪਏ ਲੈ ਲੈਂਦੇ ਮੁੱਕ ਉੱਥੇ ਬੰਦੇ ਨੂੰ ਘੁੰਮਾਉਂਦੇ ਦਿੰਦੇ ਕੋਈ ਇੱਧਰ ਚੲ ਜਾਓ ਕੋਈ ਇੱਧਰ ਭਾਈ ਟੂਰਿਸਟ ਵੀਜ਼ੇ 'ਤੇ ਨਾ ਜਾਓ ਤੁਹਾਡਾ ਰਿਸ਼ਤੇਦਾਰ ਜਾਓ ਨਹੀਂ ਜਾ ਕਦੇ ਨਾ ਜਾਓ ਟੂਰਿਸਟ ਪੱਕੇ ਵੀਜ਼ਿਆਂ 'ਤੇ ਜਾਓ ਭਾਜੀ ਮਿਹਰਬਾਨੀ ਜਿਹੜਾ ਪੀਸੀਟੀ ਹਿਊਮੈਨਿਟੀ ਜੋਗਿੰਦਰ ਸਲਾਰੀਆ ਨੇ ਤੁਹਾਨੂੰ ਇੱਥੇ ਭੇਜਿਆ ਤੁਹਾਡਾ ਕੋਈ ਖਰਚਾ ਲੱਗਾ ਜਾਂ ਇੱਥੋਂ ਕਿਤਰਾ ਪਹੁੰਚਿਆ ਭਾਜੀ ਮੇਰਾ 1 ਰੁਪਿਆ ਖਰਚਾ ਨਹੀਂ ਲੱਗਾ ਮੈਂ ਕਦਾਂ ਠੀਕ ਹੈ ਜੀ ਇੱਥੇ ਤੱਕ ਭਾਜੀ ਉਹਨਾਂ ਦੀ ਮਿਹਰਬਾਨੀ ਆ ਘਰ ਤੱਕ ਉਹਨਾਂ ਨੇ ਮੈਨੂੰ ਛੱਡਣਾ ਪਿਛਲੇ ਦਿਨੀ ਤੁਹਾਡੇ ਕੋਲ ਪਰਿਵਾਰ ਆਇਆ ਸੀ ਉਸ ਤੋਂ ਉਹਦੀ ਵੀਡੀਓ ਬਣਦੀ ਸਾਡੀ ਜੀ ਪੀ ਸੀ ਟੀ ਹਿਊਮੈਨਿਟੀ ਜਿਹੜੀ ਆ ਕਈ ਦੇਸ਼ਾਂ ਦੇ ਵਿੱਚ ਕੰਮ ਕਰ ਰਹੀ ਹੈ ਔਰ ਇਹਦੇ ਫਾਊਂਡਰ ਮੈਂਬਰ ਸਾਡੇ ਜੋਗਿੰਦਰ ਸਲਾਰੀਆ ਜੀ ਨੇ ਜਿਹੜੀ ਇਹਦੀ ਵੀਡੀਓ ਵਾਇਰਲ ਹੋਈ ਉਹ ਪੰਜਾਬ ਦੇ ਵਿੱਚ ਪਹੁੰਚੀ ਇਹਦੇ ਪਰਿਵਾਰ ਤੱਕ ਵੀ ਪਹੁੰਚੀ ਅਤੇ ਪਰਿਵਾਰ ਜਿਹੜਾ ਉਹਨੇ ਸਾਡੇ ਤੱਕ ਪਹੁੰਚ ਕੀਤੀ
ਜਦੋਂ ਸਾਡੇ ਤੱਕ ਪਹੁੰਚ ਕੀਤੀ ਤੇ ਮੈਂ ਆਪਣੇ ਜਗਿੰਦਰ ਸਲਾਰੀਆ ਜੀ ਨਾਲ ਗੱਲ ਕੀਤੀ ਵੀ ਇਹ ਜਿਹੜਾ ਪਰਿਵਾਰ ਆ ਦਰ ਦਰ ਦੇ ਧੱਕੇ ਖਾ ਰਿਹਾ ਵਾ, ਇਹਨਾਂ ਨੇ ਵਿਆਜੀ ਪੈਸੇ ਚੁੱਕ ਕੇ ਆਪਣੇ ਪੁੱਤ ਨੂੰ ਬਾਹਰਲੇ ਮੁਲਕ ਭੇਜਿਆ ਸੀ ਵੀ ਸਾਡਾ ਜਿਹੜਾ ਆਉਣ ਵਾਲੇ ਸਮੇਂ ਨੂੰ ਕਰਜ਼ਾ ਲੱਥੂਗਾ। ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਉਹ ਕਰਜ਼ਾ ਲੱਥਣ ਦੀ ਬਜਾਏ ਉਹ ਵਿਆਜ ਜਿਹੜਾ ਵਿਆਜ ਤੇ ਵਿਆਜ ਚੜ੍ਹਦਾ ਰਿਹਾ ਤੇ ਮੁੰਡਾ ਜਿਹੜਾ ਸੁਖਰਾਜ ਬਾਹਰ ਗਿਆ ਸੀ, ਇਹਦੇ ਮਦਰ ਦੀ ਡੈਥ ਹੋ ਗਈ। ਉਹ ਜਦੋਂ ਡੈਥ ਦਾ ਇਹਨੂੰ ਪਤਾ ਲੱਗਾ ਤੇ ਉਹ ਸਦਮਾ ਲੱਗਾ ਦਿਮਾਗ ਤੇ ਜਦੋਂ ਸਦਮੇ ਦੇ ਨਾਲ ਇਹ ਆਪਣੇ ਹੋ ਭਾਉ ਜਿਹੜੇ ਗਵਾ ਬੈਠਾ ਔਰ ਇਹ ਦਰ ਦਰ ਦੇ ਧੱਕੇ ਖਾਣ ਡੈ ਪਿਆ। ਇਹਨੂੰ ਪਤਾ ਨਹੀਂ ਸੀ, ਇਹਦੀ ਸੁੱਧ ਬੁੱਧ ਨਹੀਂ ਸੀ, ਇਹਦੇ ਕੋਲ ਇੱਕ ਕੰਬਲ ਸੀ ਔਰ ਇਕੱਲਾ ਆਪ। ਜੇ ਕਿਤੋਂ ਰੋਟੀ ਮਿਲ ਗਈ ਤਾਂ ਠੀਕ ਆ, ਨਹੀਂ ਮਿਲੀ ਤੇ ਇਹਨੇ ਆਪਣੇ ਜੇ ਰੋਟੀ ਮਿਲ ਗਈ ਤਾਂ ਵੀ ਠੀਕ ਹੈ, ਨਹੀਂ ਮਿਲੀ ਤੇ ਉਸ ਤਰ੍ਹਾਂ ਹੀ ਭੁੱਖੇ ਢਿੱਡ ਇਹ ਸੌਂਦਾ ਸੀ। ਪਰ ਅੱਜ ਸਾਨੂੰ ਮਾਣ ਮਹਿਸੂਸ ਹੁੰਦਾ ਵੀ ਇਹ ਪਰਿਵਾਰ ਜਿਹਦੇ ਕੋਲ ਇੱਕ ਸਬੂਤ ਨਹੀਂ ਸੀ ਆਪਣਾ ਵਾਪਸੀ ਦੇਸ਼ ਆਉਣ ਦਾ, ਅੱਜ ਇਸ ਨੂੰ ਇਹਦੇ ਘਰ ਦੇ ਪਰਿਵਾਰ ਦੇ ਹਵਾਲੇ ਕਰ ਰਹੇ ਹਾਂ। ਸਿਸਟਮ ਭਾਅ ਜੀ ਤੁਹਾਡੇ ਸਾਹਮਣੇ ਹੀ ਆ, ਆਪਾਂ ਸਿਸਟਮ ਬਾਰੇ ਸਾਡੇ ਨਾਲੋਂ ਜ਼ਿਆਦਾ ਭਰੀ ਭੰਤ ਤੁਸੀਂ ਜਾਣਦੇ ਹੋ। ਉਹ ਅਸੀਂ ਜ਼ਿਆਦਾ ਬੋਲਦੇ ਹਾਂ ਅਤੇ ਫਿਰ ਸਾਨੂੰ ਰਾਜਨੀਤੀ ਤੌਰ 'ਤੇ ਜ਼ਿਆਦਾ ਕਹਿੰਦੇ ਨੇ ਵੀ ਇਹ ਰਾਜਨੀਤੀ ਗੱਲਾਂ ਕਰਦੇ ਨੇ, ਪਰ ਗੱਲ ਦੱਸਾਂ ਕੀ ਆ ਜੀ, ਜੇ ਇਹੋ ਪੁੱਤਾਂ ਨੂੰ ਆਪਣਾ ਦੇਸ਼ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਆਪਣੇ ਸੂਬਿਆਂ ਦੇ ਵਿੱਚ ਕੰਮ ਮਿਲਦਾ ਹੋਵੇ ਤਾਂ ਇਹਨਾਂ ਨੂੰ ਕੀ ਲੋੜ ਹੈ ਆਪਣੇ ਘਰ ਬੇਘਰ ਹੋ ਕੇ ਧੱਕੇ ਖਾਣ ਦੇ। ਅੱਜ ਇਹ ਉਹ ਸੁਖਰਾਜ ਆ ਆਪਣੀ ਮਾਂ ਨੂੰ ਬੇਹੱਦ ਪਿਆਰ ਕਰਦਾ, ਜਿਹੜਾ ਅੰਤਿਮ ਉਹਨਾਂ ਦਾ ਚਿਹਰਾ ਵੀ ਨਹੀਂ ਵੇਖ ਸਕਿਆ। ਇਹ ਤਰਾਸ ਦੀਆਂ ਹਾਲਾਤਾਂ ਨੇ ਸਾਡੇ ਦੇਸ਼ ਦੀਆਂ, ਅਸੀਂ ਆਸ ਹੀ ਕਰ ਸਕਦੇ ਹਾਂ ਵੀ ਆਉਣ ਵਾਲਾ ਸਮਾਂ ਜਿਹੜਾ ਵਾ ਇਹ ਚੰਗਾ ਹੋਵੇ। ਦੇਖੋ ਜੀ, ਮਾਣ ਮਹਿਸੂਸ ਹੁੰਦਾ ਜੇ ਕੋਈ ਚੰਗਾ ਕਰੀਏ ਨਾ ਤਾਂ ਰਾਤ ਨੂੰ ਨੀਂਦ ਵਧੀਆ ਆਉਂਦੀ ਆ ਵੀ ਯਾਰ ਚਲੋ ਅੱਜ ਕੁਝ ਵਧੀਆ ਹੋਇਆ ਜੀ, ਅੱਜ ਕਿਤੇ ਨਾ ਕਿਤੇ ਵੱਧ ਨਹੀਂ, ਤੇ ਜੇ 100 ਸਾਨੂੰ ਗਾਲਾਂ ਵੀ ਕੱਢਦਾ ਤੇ ਇੱਕ ਦੋ ਸੀਸਾਂ ਵੀ ਦੇ ਤੇ ਉਹ ਖੁਸ਼ੀ ਮਹਿਸੂਸ ਹੁੰਦੀ ਆ। ਚਲੋ ਅੱਜ ਮਨ ਨੂੰ ਖੁਸ਼ੀ ਆ ਵੀ ਕੁਝ ਵਧੀਆ, ਅੱਜ ਫਿਰ ਆਪਾਂ ਸਾਡੀ PCT ਹਿਊਮੈਨਿਟੀ ਫਿਰ ਅੱਜ ਵਧੀਆ ਕੁਝ ਕਰਦੇ। ਮੈਂ ਸੇਂਟ ਮੇਰੀ ਸਕੂਲ ਸੇ ਮਹੇਸ਼ ਸ਼ਰਮਾ ਆਪ ਸਭ ਪੇਰੈਂਟਸ ਕਾ ਸਵਾਗਤ ਕਰਤਾ ਹਾਂ। ਪਿਛਲਾ ਵਰਸ਼ ਬਹੁਤ ਦਿੱਕਤੋਂ ਕੇ ਸਾਹਮਣੇ ਕੇ ਸਾਮ ਨਿਕਲਾ, ਲੋਕੋਂ ਕੀ ਫਾਈਨੈਂਸ਼ੀਅਲ ਕੰਡੀਸ਼ਨ ਬਹੁਤ ਪੂਰ ਹੋ ਗਈ। ਮੈਂ ਯਹਾਂ ਸੇ ਸਕੂਲ ਸੇ ਸਭੀ ਪੇਰੈਂਟਸ ਕੋ ਬਹੁਤ ਸਪੋਰਟ ਕਰਨੇ ਕੇ ਲੀਏ ਤਿਆਰ ਬੈਠਾ ਹੂੰ। ਕੋਈ ਵੀ ਪੇਰੈਂਟਸ ਜਿਸਕੇ ਪਾਸ ਪੈਸੇ ਨਹੀਂ ਹੈ, ਕੋਈ ਵੀ ਪੇਰੈਂਟਸ ਡਿਪਰਾਈਵ ਆਫ ਨਾ ਹੋ, ਸਭ ਬੱਚੋਂ ਕੋ ਬਰਾਬਰ ਐਜੂਕੇਸ਼ਨ ਮਿਲੇ, ਪੈਸੋਂ ਕੀ ਪ੍ਰੋਬਲਮ ਕੇ ਕਾਰਨ ਕੋਈ ਪੇਰੈਂਟ ਆਪਣੇ ਬੱਚੋਂ ਕੋ ਸਕੂਲ ਸੇ ਵਿਡਰਾ ਨਹੀਂ ਕਰੇ। ਆਪਕੀ ਹਰ ਇੱਕ ਹੈਲਪ ਕਰਨੇ ਕੇ ਲੀਏ ਸਕੂਲ ਔਰ ਸਕੂਲ ਕਾ ਪ੍ਰਸ਼ਾਸਨ ਹਮੇਸ਼ਾ ਤਿਆਰ ਬੈਠਾ ਹੈ। ਆਪਕੇ ਬੱਚੋਂ ਕੋ ਕੋਈ ਦਿੱਕਤ ਕਾ ਸਾਹਮਣਾ ਨਹੀਂ ਕਰਨਾ ਪੜੇਗਾ, ਕੋਈ ਰਿਜ਼ਲਟ ਨਹੀਂ ਰੋਕਾ ਜਾਏਗਾ। ਆਪਕੇ ਬੱਚੋਂ ਕੋ ਐਡਮਿਸ਼ਨ ਆਗੇ ਕੰਟੀਨਿਊਡ ਰਹੇਗੀ। ਕੋਈ ਨਯਾ ਕੋਈ ਪੇਰੈਂਟਸ ਜੋ ਸਕੂਲ ਮੇਂ ਐਡਮਿਸ਼ਨ ਲੈਣਾ ਚਾਹਤਾ ਹੈ ਉਹ ਸਕੂਲ ਮੇਂ ਆਏ, ਹਮ ਉਸਕੋ ਜੋ ਮਦਦ ਹੋ ਸਕਤੀ ਹੈ ਵੋ ਉਸਕੋ ਕਰੇਂਗੇ। ਨਏ ਐਡਮਿਸ਼ਨ ਕੇ ਲੀਏ ਜਿਤਨੇ ਪੇਰੈਂਟਸ ਜੋ ਵੀ ਹਮਾਰੇ ਸੇ ਡਿਸਕਾਊਂਟ ਲੈਣਾ ਚਾਹੇ ਵੋ ਕਰ ਦੇਂਗੇ, ਜੈਸੇ ਉਨਕੀ ਵਿਥਾ ਹੋਗੀ, ਜੋ ਕੁਛ ਵੀ ਉਨਕੀ ਦੇਣੇ ਕੀ ਕਪੈਸਿਟੀ ਹੋਗੀ ਉਸਕੇ ਅਕੋਰਡਿੰਗ ਹੀ ਕੰਮ ਕਰੇਗਾ।